ભારત ચ યુપીઆઈ જલવા અગસ્ત મહિને નવા નમાર બન્યા ઐ ਅਗਸਤ ਮਹੀਨੇ ਵਿੱਚ ਯੂਪੀਆਈ ਰਾਹੀਂ ਲੈਂਡਿੰਗ 10 ਅਰਬ ਰੁਪਏ ਤੋਂ ਪਾਰ ਹੋਇਆ ਯੂਪੀਆਈ ਇੱਕ ਨਕਦੀ ਰਹਿਤ ਪ੍ਰਣਾਲੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਯੂਪੀਆਈ ਲੈਂਡਿੰਗ ਉੱਪਰ ਖੁਸ਼ੀ ਪ੍ਰਗਟਾਈ ਤੇ ਕਿਹਾ ਕਿ 10 ਅਰਬ ਰੁਪਏ ਤੋਂ ਵੱਧ ਦਾ ਯੂਪੀਆਈ ਲੈਂਡਿੰਗ ਕੋਈ ਆਮ ਖਬਰ ਨਹੀਂ ਹੈ ਉਨ੍ਹਾਂ ਨੇ ਪ੍ਰਗਟਾਈ ਕਿ ਇਹ سلسلہ ਅੱਗੇ ਵੀ ਜਾਰੀ ਰਹੇਗਾ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਪ੍ਰਾਪਤੀ ਭਾਰਤੀਆਂ ਵੱਲੋਂ ਡਿਜੀਟਲ ਪ੍ਰਣਾਲੀ ਨੂੰ ਅਪਣਾਉਣ ਦਾ ਇੱਕ ਸਬੂਤ ਹੈ